ਜਿਹੜਾ ਸਾਨੂੰ ਅੰਗਰੇਜ਼ੀ ਦਾ ਭੂਤ ਸਵਾਰ ਹੋਇਆ, ਹਿੰਦੀ ਦਾ ਭੂਤ ਸਵਾਰ ਹੋਇਆ। ਪੰਜਾਬ ਵਿੱਚ ਅਸੀਂ ਰਹਿ ਰਹੇ ਹਾਂ, ਸਾਡੇ ਘਰਾਂ ਦੇ ਵਿੱਚ ਪੰਜਾਬ ਵਿੱਚ ਬੱਚੇ ਜੰਮੇ ਆ, ਪੰਜਾਬੀ ਆ, ਅਸੀਂ ਆਪਣੇ ਆਪ ਨੂੰ ਕਹਾਉਂਦੇ ਹਾਂ ਪੰਜਾਬੀ ਹੋਣ ਦਾ, ਅਸੀਂ ਆਪਣੇ ਆਪ ਨੂੰ ਆਖਦੇ ਮੈਨੂੰ ਬੜਾ ਮਾਣ ਹੈ। ਔਰ ਉਦੋਂ ਬੜਾ ਮੁਸ਼ਕਲ ਲੱਗਦਾ ਕਿ ਜਦੋਂ ਸਿਰ ਦੇ ਉੱਤੇ ਜੁੜਾ ਹੋਵੇ, ਨਾਮ ਦੇ ਪਿੱਛੇ ਸਿੰਘ ਲਿਖਿਆ ਹੋਵੇ ਜਾਂ ਕੌਰ ਲਿਖਿਆ ਹੋਵੇ, ਜਦੋਂ ਬੱਚੇ ਦੇ ਮੂੰਹ ਦੇ ਵਿੱਚੋਂ ਹਿੰਦੀ ਨਿਕਲਦੀ ਹੈ। ਆਪਣੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ, ਖਾਸ ਕਰਕੇ ਭੈਣਾਂ। ਠੀਕ ਹੈ, ਅਸੀਂ ਕਹਿੰਦੇ ਇੰਗਲਿਸ਼ ਸਿੱਖੋ, ਹਿੰਦੀ ਸਿੱਖੋ, ਫਰੰਚ ਸਿੱਖੋ, ਬੇਅੰਤ ਭਾਸ਼ਾ ਦੁਨੀਆਂ ਦੀ ਸਿੱਖੋ, ਪਰ ਸੰਗਤ ਜੀ ਮਾਫ ਕਰਿਓ, ਪੰਜਾਬੀ ਮਾਂ ਬੋਲੀ ਤੋਂ ਦੂਰ ਨਾ ਹੋਵੋ। ਜੇ ਪੰਜਾਬੀ ਮਾਂ ਬੋਲੀ ਸਾਡੇ ਕੋਲ ਤੇ ਵਿਸਰ ਗਈ, ਤੇ ਯਾਦ ਰੱਖੋ ਸਾਡੇ ਬੱਚੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਾਲਕ ਨਾਲ ਜੁੜ ਨਹੀਂ ਸਕਣਗੇ। ਜੇ ਬੱਚਿਆਂ ਕੋਲ ਪੰਜਾਬੀ ਹੋਏਗੀ ਤਾਂ ਬੱਚੇ ਜਪਜੀ ਸਾਹਿਬ ਪੜਨਗੇ, ਜੇ ਬੱਚਿਆਂ ਕੋਲ ਪੰਜਾਬੀ ਹੋਏਗੀ ਤਾਂ ਬੱਚੇ ਸੁਖਮਨੀ ਸਾਹਿਬ ਪੜਨਗੇ, ਜੇ ਬੱਚਿਆਂ ਕੋਲ ਪੰਜਾਬੀ ਹੋਏਗੀ ਤਾਂ ਬੱਚੇ ਸਾਡੇ ਸਹਿਜ ਪਾਠ ਕਰਨਗੇ, ਜੇ ਬੱਚਿਆਂ ਕੋਲ ਪੰਜਾਬੀ ਨਹੀਂ ਹੋਈ ਤੇ ਬੱਚਿਆਂ ਕੋਲ ਗੁਰਬਾਣੀ ਨਹੀਂ ਹੋਏਗੀ, ਜੇ ਬੱਚਿਆਂ ਕੋਲ ਗੁਰਬਾਣੀ ਨਹੀਂ ਹੋਈ ਸਾਡੇ ਬੱਚੇ ਸਾਡੇ ਕੋਲ ਨਹੀਂ ਹੋਣਗੇ, ਫਿਰ ਸਾਡੇ ਬੱਚੇ ਸਾਡੇ ਨਹੀਂ ਹੈ। ਇਸ ਕਰਕੇ ਸੰਗਤ ਜੀ ਆਪਣੇ ਆਪਣੇ ਘਰਾਂ ਦੀ ਇਹ ਡਿਊਟੀ ਬੰਨ ਲਓ। ਅੱਜ ਬਾਬੇ ਨਾਨਕ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਏ ਹੋ, ਅੱਜ ਇਹ ਪ੍ਰਣ ਕਰਕੇ ਜਾਇਓ। ਕਿਸ ਗੱਲ ਦਾ ਪ੍ਰਣ ਕਰਨਾ? ਜਿਸ ਗੱਲ ਦੀ ਤੁਸੀਂ ਪ੍ਰਵਾਨਗੀ ਦਿੰਦੇ ਹੋ, ਫਿਰ ਸੰਗਤ ਦੇ ਵਿੱਚੋਂ ਸਾਰਿਆਂ ਨੇ ਗੱਜ ਕੇ ਇੱਕ ਜਕਾਰਾ ਬੁਲਾਉਣਾ। ਪਹਿਲਾਂ ਸੁਣਿਓ, ਪ੍ਰਵਾਨਗੀ ਕਿਸ ਗੱਲ ਦੀ ਲੈਣੀ ਹੈ? ਆਪਣੇ ਆਪ ਨਾਲ ਪ੍ਰਣ ਕਿਸ ਗੱਲ ਦਾ ਕਰਨਾ? ਆਪਣੇ ਨਾਲ ਪ੍ਰਣ ਅੱਜ ਇਹ ਕਰਕੇ ਜਾਇਓ ਕਿ ਮੇਰਾ ਬੱਚਾ ਕੋਈ ਗੱਲ ਨਹੀਂ ਸਕੂਲ ਵਿੱਚ, ਜੇ ਠੀਕ ਹੈ ਸਕੂਲ ਦਾ ਰੂਲ ਹੈ ਕਿ ਉੱਥੇ ਇੰਗਲਿਸ਼ ਬੋਲਣੀ ਆ ਬੋਲੇ, ਜੇ ਉਹਨੂੰ ਕਿਤੇ ਬਾਹਰ ਲੋੜ ਹੈ ਹਿੰਦੀ ਬੋਲਣ ਦੀ ਉਹ ਬੋਲੇ, ਪਰ ਮੇਰੇ ਘਰ ਦਾ ਇਹ ਰੂਲ ਹੋਣਾ ਚਾਹੀਦਾ ਆ ਕਿ ਮੇਰੇ ਘਰ ਵਿੱਚ ਮੇਰਾ ਬੱਚਾ ਪੰਜਾਬੀ ਤੋਂ ਇਲਾਵਾ ਕੋਈ ਦੂਜੀ ਭਾਸ਼ਾ ਨਹੀਂ ਬੋਲੇ। ਜੇ ਇਸ ਗੱਲ ਦੀ ਪ੍ਰਵਾਨਗੀ ਦਿੰਦੀ ਹੋ ਜਕਾਰਾ ਲਾਇਓ ਜੀ, ਫਿਰ